ਹਾਂਜੀ ਸਤਿ ਸ਼੍ਰੀ ਅਕਾਲ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਨੌਵੀਂ ਕਲਾਸ ਦਾ ਪੰਜਾਬੀ B ਦਾ ਪੇਪਰ ਲੈ ਕੇ ਆ ਗਿਆ ਇੱਕ ਹੋਰ ਟੈਸਟ ਪੇਪਰ ਹੈ ਤੇ ਸਭ ਤੋਂ ਪਹਿਲਾਂ ਤੁਹਾਡਾ ਪ੍ਰਸ਼ਨ ਨੰਬਰ 1 ਇਹੀ ਹੈ ਕਿ ਦੋ ਅੰਕ ਹੁਣ ਪੰਜਾਬੀ ਉਹਨੇ ਇੱਕ ਨਮੀ ਚੀਜ਼ ਕਰਤੀ ਕਿ ਸੁੰਦਰ ਲਿਖਾਈ ਵੀ ਹੋਣੀ ਚਾਹੀਦੀ ਹੈ ਬੱਚਿਆਂ ਦੀ ਇਸ ਕਰਕੇ ਦੋ ਅੰਕ ਉਹ ਦੇਣੇ ਠੀਕ ਹੈ ਤਾਂ ਤੁਸੀਂ ਵਧੀਆ ਵਧੀਆ ਲਿਖਾਈ ਦੇ ਵਿੱਚ ਪੇਪਰ ਦੇਣਾ ਥੈਨ ਸੈਕਿੰਡ ਨੰਬਰ ਪ੍ਰਸ਼ਨ ਵਿੱਚ ਤੁਹਾਡੇ ਕੋਲ ਆ ਗਿਆ ਵਾਸਟੂਨਿਸਟ ਦੇਖੋ ਜਿਹੜਾ ਪੰਜਾਬੀ B ਦਾ ਜਿਹੜਾ ਪੇਪਰ ਹੁੰਦਾ ਵਾ ਉਹ ਹੁੰਦਾ ਵਾ ਬੇਸਿਕਲੀ ਵਿਆਕਰਨ ਦਾ ਮਤਲਬ ਗ੍ਰਾਮਰ ਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਪ੍ਰਸ਼ਨ ਪੁੱਛੋਗੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਅਗਲੇ ਅਗਲੇ ਨਵੰਬਰ ਮਹੀਨੇ ਵਿੱਚ ਕਿਹੜਾ ਤਿਹਾੜ ਮਨਾਇਆ ਜਾਂਦਾ ਹੈ ਠੀਕ ਹੈ ਇਹ ਤੁਹਾਨੂੰ ਇੱਕ ਚੀਜ਼ ਆ ਗਈ ਹੋ ਜਾਗਾ ਸਾਈਕਲ ਚੋਰੀ ਹੋਣ ਦੀ ਰਿਪੋਰਟ ਡੈਸ਼ ਨੂੰ ਲਿਖਵਾਈ ਜਾਂਦੀ ਹੈ ਕਿਹਨੂੰ ਲਿਖਾਈ ਜਾਂਦੀ ਹੈ ਇਹ ਤੁਹਾਡੇ ਕੋਲ ਖਾਲੀ ਥਾਵਾਂਗੇ ਤੁਹਾਨੂੰ ਵਸਟੂ ਨਿਸਟ ਚ ਪ੍ਰਸ਼ਨ ਆਗੇ ਸਭ ਤੋਂ ਪਹਿਲਾਂ ਪੰਜਾਬੀ B ਦੇ ਵਿੱਚ ਠੀਕ ਹੈ ਇਹਨੂੰ ਦੇਖ ਲਿਓ ਤੇ ਜੇਕਰ ਪੇਪਰ ਡਾਊਨਲੋਡ ਕਰਨਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਚ ਮੈਂ ਲਿੰਕ ਦੇ ਦੂੰਗਾ ਉੱਥੇ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਮੈਂ ਹੁਣ ਇੱਥੇ ਹਰ ਰੋਜ਼ ਪੰਜਾਬ ਬੋਰਡ 6ਵੀਂ ਕਲਾਸ ਤੋਂ ਲੈ ਕੇ 10ਵੀਂ 12ਵੀਂ ਕਲਾਸ ਤੱਕ ਦੇ ਪੇਪਰ ਅਪਲੋਡ ਤਿਆਰੀ ਕਰਵਾਉਣਾ ਠੀਕ ਹੈ ਅੱਗੇ ਹੈਗਾ ਸਾਰੇ ਬਸ ਨੂੰ ਵਿੱਚ ਪ੍ਰਸ਼ਨ ਚੱਲ ਰਿਹਾ ਹੈ ਤੱਕ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਖਾਲੀ ਥਾਂ ਆ ਗਈਆਂ ਗ੍ਰਾਮਰ ਦੇ ਵਿੱਚ ਜਿਹੜੀਆਂ ਪੁੱਛੀਆਂ ਜਾਂਦੀਆਂ ਨੇ ਪੰਜਾਬੀ ਭਾਸ਼ਾ ਦੀ ਲਿਪੀ ਡੈਸ਼ ਹੁੰਦੀ ਹੈ ਗੁਰਮੁਖੀ ਹੁੰਦੀ ਹੈ ਰੋਮਨ ਹ ਦੇਖ ਸਕਦੇ ਹੋ ਜਿਨੀ ਸੁੰਦਰ ਲਿਖਾਈ ਦੇ ਵਿੱਚ ਇਹ ਪੇਪਰ ਬਣਾਇਆ ਹੋਇਆ ਹੈ ਨਾ ਉਨੀ ਸੁੰਦਰ ਲਿਖਾਈ ਤੁਹਾਡੀ ਹੋਣੀ ਚਾਹੀਦੀ ਹੈ। ਮਤਲਬ ਇਹ ਐਲੀਜੀਬਿਲਟੀ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡੀ ਹੋਵੇ ਤਾਂ ਬਹੁਤ ਵਧੀਆ। ਉਸ ਤੋਂ ਤੁਹਾਡੇ ਕੋਲ ਆ ਗਿਆ ਪੱਤਰ। ਸਕੂਲ ਲਾਇਬ੍ਰੇਰੀ ਸੁਝਾਰੂ ਟੰਗ ਨਾਲ ਚਲਾਉਣ ਸੰਬੰਧੀ ਸਕੂਲ ਮੁਖੀ ਸਕੂਲ ਮੁਖੀ ਨੂੰ ਪੱਤਰ। 7 ਨੰਬਰ ਦਾ ਇਹ ਪੱਤਰ ਆ। জাফর ਪੰਜਾਬ ਰੋਡਵੇਜ਼ ਦੇ ਮੈਨੇਜਰ ਨੂੰ ਬੱਸ ਸੇਵਾ ਨੂੰ ਨਿਯਮਤ ਕਰਨ ਦੇ ਲਈ ਆ। ਅਗੇ ਇੱਕ ਪੈਰਾਗ੍ਰਾਫ ਲਿਖੋ ਮਤਲਬ ਪੈਰਾ ਲਿਖਣਾ। ਤੁਹਾਡੇ ਕੋਲ ਦੋ ਨੇ ਮਿਲਵਰਤਨ ਜਾਂ ਸਾਂਝ ਕਰੀਜਾ ਗੁਣ ਹੈ ਕਿ ਗੁਰਬਾਣੀ ਦੀ ਪੰਗਤੀ ਹੈ ਉਹਦੇ ਤੇ ਜਾਂ ਫਿਰ ਮਿਲਵਰਤਨ ਇਹਨਾਂ ਦੇ ਤੁਸੀਂ ਲਿਖਣਾ 6 ਨੰਬਰ ਦਾ ਹੈ ਅੱਗੇ ਲਾਸਟ ਤਿੰਨ ਨੰਬਰ ਤੁਹਾਡੇ ਕੋਲ ਹੈਗਾ ਵਾ ਭਾਸ਼ਾ ਤੋਂ ਕੀ ਭਾਵ ਹੈ ਇਸ ਦੀ ਕਿਸਮਾਂ ਕਾਰਕ ਤੋਂ ਕੀ ਭਾਵ ਹੈ ਇਸ ਦੀਆਂ ਕਿਸਮਾਂ ਜੋ ਤੁਹਾਡੇ ਸਿਲੇਬਸ ਦੇ ਵਿੱਚ ਸੀ ਇਹ ਇੰਪੋਰਟੈਂਟ ਸੀ ਇਸ ਨੂੰ ਦੇਖ ਲਿਓ ਧਿਆਨ ਨਾਲ ਸਾਰੇ ਸਿਲੇਬਸ ਦੀ ਤਿਆਰੀ ਕਰਨ ਤੋਂ ਬਾਅਦ ਇਸ ਨੂੰ ਹੱਲ ਕਰਕੇ ਦੇਖ ਲਿਓ ਥੈਂਕ ਯੂ ਸੋ ਮੱਚ